हाँ जी सत श्री अकाल जी सारिया नूं, मैं गुरविंदर सिंह ते अज दी जानकारी है जी तुहाडे वास्ते वी इमीग्रेशन दी जिहड़ी नवीं अपडेट आई है तुसीं पढ़ ही लिया होगा उपर जो मैं स्क्रीन दे उपर जिहड़ा नज़र आ रहा है। जिहड़ी इमीग्रेशन इटली दी जिहड़ी अपडेट ए है कि जिहड़ी तरीक है ओह वधा दित्ती गई है, 15 जुलाई तों तरीक है 15 अगस्त तक कर दित्ती गई है, यानी कि 1 महीने दी तरीक होर वधा दित्ती गई। जिवें मैं शुरू तों ही कहिंदा आ रहा कि जिन्हां कोले किसे वी तरहां दी कोई प्रॉब्लम हैगी है ओह हाले अपलाई ना करन, जिहड़ियां चेंजेस आउणगियां ਤੁਸੀਂ ਖੁਦ ਦੇਖ ਸਕਦੇ ਹੋ। ਜੇ ਕੱਲ੍ਹ ਮੈਂ ਵੀਡੀਓ ਪਾਈ ਸੀ ਉਹਦੇ 'ਚ ਵੀ ਚੇਂਜਸ ਆਈਆਂ ਸੀ, ਉਸ ਤੋਂ ਪਹਿਲਾਂ ਵੀਡੀਓ ਪਾਈ ਸੀ ਉਦੋਂ ਵੀ ਚੇਂਜਸ ਆਈਆਂ ਸੀ। ਲਗਾਤਾਰ ਸਰਕਾਰ ਹੈ ਚੇਂਜਸ ਕਰ ਰਹੀ ਹੈ ਕਿਉਂਕਿ ਸਰਕਾਰ ਨੂੰ ਵੀ ਪਤਾ ਹੈ ਕਿ ਉਹਨਾਂ ਨੇ ਜਿਹੜੀ ਇਮੀਗ੍ਰੇਸ਼ਨ, ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਇਮੀਗ੍ਰੇਸ਼ਨ ਜਿਹੜੀ ਖੋਲ੍ਹੀ ਸੀ ਕੋਈ ਵੀ ਐਸਾ ਅਦਾਰਾ ਨਹੀਂ ਸੀਗਾ ਜਿਹੜੇ ਇਹਦੇ ਉੱਪਰ ਕਾਨੂੰਨ ਬਣਾ ਸਕੇ। ਇੱਕਦਮ ਅਚਾਨਕ, ਯਾਨੀ ਕਿ ਆਪਾਂ ਐਕਸੀਡੈਂਟਲੀ ਕਹਿ ਸਕਦੇ ਹਾਂ ਕਿ ਜਿਹੜੀ ਇਮੀਗ੍ਰੇਸ਼ਨ ਖੋਲ੍ਹੀ ਗਈ ਸੀਗੀ, ਅਤੇ ਇਸ ਕਰਕੇ ਸਰਕਾਰ ਨੂੰ ਇਹ ਖੁਦ ਹਾਲੇ ਨਹੀਂ ਸੀ ਕਈ ਚੀਜ਼ਾਂ ਦਾ, ਸਰਕਾਰ ਨੂੰ ਇਹ ਸਮਝ ਖੁਦ ਵੀ ਨਹੀਂ ਸੀਗੀ ਵੀ ਜੋ ਉਹਨਾਂ ਨੇ ਆਪਾਂ ਨੂੰ ਦੱਸਤਾ ਸੀਗਾ ਵੀ ਹਾਂ ਤੁਸੀਂ ਇਸ ਤਰ੍ਹਾਂ ਅਪਲਾਈ ਕਰ ਸਕਦੇ ਹੋ, ਜੋ ਉਹਨਾਂ ਨੇ ਲੇਜੇ ਰੱਖੇ ਸੀਗੇ ਉਹ ਪੂਰੀ ਤਰ੍ਹਾਂ ਸਾਫ਼ ਨਹੀਂ ਸੀ ਲੇਜੇ। ਹੌਲੀ ਹੌਲੀ ਉਹ ਸਰਕਾਰ ਉਹਨੂੰ ਕਲੀਅਰ ਕਰ ਰਹੀ ਹੈ, ਸਰਕਾਰ ਨੂੰ ਪਤਾ ਲੱਗ ਰਿਹਾ ਕਿ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਇਸ ਚੀਜ਼ ਦੀ ਪ੍ਰੋਬਲਮ ਹੈ, ਕਿਉਂਕਿ ਜੋ ਉਹਨਾਂ ਨੇ 6 ਲੱਖ ਬੰਦਾ ਕਿਹਾ ਸੀ, 6 ਲੱਖ ਬੰਦਾ ਕਿਸੇ ਵੀ ਹਿਸਾਬ ਨਾਲ ਪੂਰਾ ਹੋਣਾ ਬਹੁਤ ਔਖਾ, ਜਿਹੜੇ ਹਿਸਾਬ ਨਾਲ ਉਹਨਾਂ ਨੇ ਜੋ ਡਿਮਾਂਡਸ ਰੱਖੀਆਂ ਗਈਆਂ ਉਹ ਹੌਲੀ ਹੌਲੀ ਉਹਨਾਂ 'ਚ ਕਮੀ ਕਰ ਰਹੇ ਆ। ਜਿਵੇਂ ਕਿ ਪਹਿਲਾਂ ਅਜ਼ੀਲ ਵਾਲਿਆਂ ਵਾਸਤੇ ਸੀ ਪ੍ਰੋਬਲਮ ਆ ਰਹੀ ਸੀ, ਉਹਨਾਂ ਨੂੰ ਵੀ ਉਹਨਾਂ ਨੇ ਕਲੀਅਰ ਕਰਤਾ, ਹੁਣ ਡੇਟ ਵੀ ਵਧਾਤੀ ਹੈ, 1 ਮਹੀਨੇ ਦੀ ਡੇਟ ਐਕਸਟੈਂਡ ਕਰ ਦਿੱਤੀ ਗਈ ਹੈ, ਯਾਨੀ ਕਿ 1 ਜੂਨ ਤੋਂ ਪਹਿਲਾਂ 15 ਜੁਲਾਈ ਸੀ 1 ਜੂਨ ਤੋਂ 15 ਅਗਸਤ ਤੱਕ ਕਰ ਦਿੱਤੀ ਗਈ ਹੈ। ਮੈਂ ਤੁਹਾਨੂੰ ਅੱਗੇ ਵੀ ਮੈਂ ਦੱਸ ਰਿਹਾ ਕਿ ਮੈਂ ਤੁਹਾਨੂੰ ਲਿੰਕ 'ਤੇ ਲੈ ਕੇ ਜਾਣਾ ਵੀ ਕਿਹੜੇ ਲਿੰਕ 'ਤੇ ਸਰਕਾਰ ਨੇ ਸ਼ੋਅ ਕੀਤਾ, ਤੁਸੀਂ ਦੇਖ ਸਕਦੇ ਹੋ ਅਸਰਾਨੇਰੀ ਨੇ ਇਟਾਲੀਆ .it ਤੇ ਜਾ ਕੇ ਤੁਸੀਂ ਖੁਦ ਵੀ ਜਾ ਕੇ ਚੈੱਕ ਕਰ ਸਕਦੇ ਹੋ। ਜਿਹੜੀ ਇਹ ਖਬਰ ਹੈ ਇਹ ਅੱਜ ਦੀ ਖਬਰ ਹੈ ਜੀ, 13 ਘੰਟੇ ਪਹਿਲਾਂ ਖਬਰ ਆਈ ਹੈ ਰੈਗੂਲੇਸ਼ਨ ਨੇ ਉਹ ਰੱਚ ਇਪਿਊ ਜ਼ਿਆਦਾ ਹੁਣ ਟੈਂਪੋ ਸਮਾਂ ਲਸਕਾਦੈਂਸ ਹੈ, ਜਿਹੜੀ ਸਕਾਦੈਂਸ ਹੈ ਜਿਹੜੀ ਰੈਗੂਲੇਸ਼ਨ ਨੇ ਕਰਨ ਦੀ ਹੈ ਲੋਕਾਂ ਨੂੰ, ਜਿਹੜੀ ਇਮੀਗ੍ਰੇਸ਼ਨ ਖੋਲੀ ਹੈ ਉਹਦੀ ਸਕਾਦੈਂਸ ਹੈ ਇਲ ਕੁਇਨ ਦਿਸ਼ੀ ਅਗਸਤ ਤੋਂ 15 ਅਗਸਤ ਤੱਕ ਕਰ ਦਿੱਤੀ ਗਈ ਹੈ। ਜੋ ਮਤਲਬ ਜੋ ਟਾਈਮ ਪੀਰੀਅਡ ਸੀ ਇਮੀਗ੍ਰੇਸ਼ਨ ਦਾ ਤੁਸੀਂ ਦੇਖ ਸਕਦੇ ਹੋ, ਰੋਮਾ 16 ਜੂਨ 2020 ਸੋਨਸਤਾਤੀ ਪ੍ਰੋਰੋਗਾ ਦੀ ਪ੍ਰੋਰੋਗਾ ਕਰ ਦਿੱਤਾ ਨਾਲ ਐਕਸਟੈਂਡ ਕਰਤਾ 15 ਜੁਲਾਈ ਤੋਂ ਐਕਸਟੈਂਡ ਕਰਕੇ ਕੁਇਨ ਦਿਸ਼ੀ ਲੂਲੀਆ ਅਲ ਕੁਇਨ ਦਿਸ਼ੀ ਅਗੋਸਤ ਤੋਂ ਤੱਕ 15 ਅਗਸਤ ਤੱਕ ਕਰ ਦਿੱਤਾ ਗਿਆ। ਟਰਮੀਨਲ ਪ੍ਰੈਸੈਂਟਾਸ਼ੀਓਨੇ ਦਲਾ ਅਸਿਸਟੈਂਸ ਰੈਗੂਲੇਸ਼ਨੇ ਜਿਹੜਾ ਉਹਨਾਂ ਨੇ ਰੈਗੂਲਰ ਕਰਨ ਦੀ ਜਿਹੜਾ ਪ੍ਰੋਸੀਜਰ ਸੀਗਾ ਉਹਨੂੰ ਵਧਾ ਦਿੱਤਾ ਗਿਆ, ਜਿਹੜਾ ਅਪਲਾਈ ਕਰਨ ਦਾ ਜੋ ਦਿਖਰੇ ਤੋਂ ਬਣਾਇਆ ਸੀ ਉਹਨਾਂ ਨੇ 19 ਮਈ ਨੂੰ, ਅਤੇ ਉਹਨੂੰ ਉਹਨਾਂ ਨੇ ਵਧਾ ਕੇ ਜਿਹੜਾ ਸਾਰੇ ਮਿਨਿਸਟਰੀ ਦੇ ਕਹਿਣ 'ਤੇ ਉਹਨਾਂ ਦੀ ਸਲਾਹ ਨਾਲ ਇਹਨੂੰ ਵਧਾ ਕੇ ਐਕਸਟੈਂਡ ਕਰਕੇ 15 ਜੁਲਾਈ ਤੋਂ 15 ਅਗਸਤ ਤੱਕ ਕਰ ਦਿੱਤਾ ਗਿਆ ਇਹਨੂੰ। ਚੇਂਜਸ ਹੋਰ ਵੀ ਆਉਣਗੀਆਂ ਹਾਲੇ, ਜਿਵੇਂ ਮੈਂ ਸ਼ੁਰੂ ਤੋਂ ਕਹਿ ਰਿਹਾ ਜਿਨ੍ਹਾਂ ਦੇ ਪੇਪਰ ਸਹੀ ਪੂਰੇ ਕੰਪਲੀਟ ਹੈ ਜਿਹੜੇ ਕਿ ਹੁਣ ਅਪਲਾਈ ਕਰ ਸਕਦੇ ਆ, ਜਿਨ੍ਹਾਂ ਕੋਲ ਸਾਰੇ ਪੇਪਰ ਪੂਰੇ ਹੈਗੇ ਆ ਉਹ ਕਰ ਦੇਣ, ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈਗੀ ਹੈ, ਕੋਈ ਡਾਕੂਮੈਂਟਸ ਦੀ ਪ੍ਰੋਬਲਮ ਹੈ ਜਾਂ ਕੋਈ ਪ੍ਰੂਫ ਦੀ ਪ੍ਰੋਬਲਮ ਹੈ ਜਾਂ ਕੰਟਰਾਕਟੋ ਦੀ ਪ੍ਰੋਬਲਮ ਹੈ ਉਹ ਰੁਕ ਜਾਣ ਹਾਲੇ, ਅਤੇ ਹੋਰ ਵੀ ਚੇਂਜਸ ਆਉਣਗੀਆਂ ਅੱਗੇ ਨੈਕਸਟ ਜਾ ਕੇ ਜੋ ਸਰਕਾਰ ਨੇ 3 ਮਤਲਬ ਕੰਮਾਂ ਦੇ ਵਿੱਚ ਹੀ ਉਹ ਸਰਕਾਰ ਨੇ ਕਿਹਾ ਕਿ ਕੰਟਰਾਕਟੋ ਲਗਾ ਸਕਦੇ ਹਾਂ, ਜਿਹੜਾ ਡੋਮੈਸਟਿਕ ਹੈ ਅਤੇ ਕੁਲਫ ਬਧਾਂਤੇ ਹੈ ਜਾਂ ਖੇਤੀਬਾੜੀ ਵਾਲੇ ਕੰਮ ਹੈ, ਸਿਰਫ ਉਹਨਾਂ ਦੇ ਵਿੱਚ ਹੀ ਆਪਾਂ ਅਪਲਾਈ ਕਰ ਸਕਦੇ ਹਾਂ। ਅਤੇ ਇਹਨਾਂ ਦੇ ਵਿੱਚ ਵੀ ਜੋ ਸਰਕਾਰ ਨੇ ਸੋਚਿਆ ਵੀ 6 ਲੱਖ ਬੰਦਾ ਪੂਰਾ ਕਰਨਾ ਚਾਹੂਗੀ ਅਤੇ ਨਹੀਂ ਕਰ ਸਕੂਗੀ, ਅਤੇ ਇਹਨਾਂ 'ਚ ਵੀ ਜ਼ਰੂਰ ਉਹ ਰਹਿਤ ਦਊਗੀ। ਹੋਰ ਵੀ ਜਿਹੜੇ ਡਿਪਾਰਟਮੈਂਟਸ ਹੈਗੇ ਹੋਰ ਵੀ ਕੰਮ ਹੈ ਜਿਹੜੇ ਉਹ ਵੀ ਜਿਵੇਂ ਕਿ ਹੋ ਸਕਦਾ ਰੈਸਟੋਰੈਂਟਸ ਵਾਲੇ ਜਾਂ ਫੈਕਟਰੀ ਵਾਲੇ ਇਹ ਵੀ ਵਿੱਚ ਆ ਸਕਦੇ ਆ, ਉਮੀਦ ਬਹੁਤ ਜ਼ਿਆਦਾ ਹੋ ਗਈ ਹੈ ਕਿਉਂਕਿ ਚੇਂਜਸ ਬਹੁਤ ਆ ਰਹੀਆਂ ਹੁਣ, ਅਤੇ ਇਸ ਕਰਕੇ ਥੋੜ੍ਹਾ ਜਿਹਾ ਸਬਰ ਨਾਲ ਕੰਮ ਲਓ, ਸ਼ਾਇਦ ਮੇ ਬੀ ਹੋਰ ਚੇਂਜਸ ਆ ਗਈਆਂ ਤਾਂ ਚਾਂਸ ਬਹੁਤ ਜ਼ਿਆਦਾ ਹੈਗੇ ਆ। ਅਤੇ ਹੁਣ ਆਪਾਂ ਨੈਕਸਟ ਚੱਲਦੇ ਹਾਂ ਕਿ ਜੋ ਕੱਲ੍ਹ ਮੈਂ ਵੀਡੀਓ ਪਾਈ ਸੀ ਉਹਦੇ 'ਤੇ ਕੁਛ ਸਵਾਲ ਪੁੱਛੇ ਗਏ ਸੀ, ਉਹਨਾਂ ਸਵਾਲਾਂ ਨੂੰ ਦੇਖ ਕੇ ਇੱਕ ਮੇਰੇ ਵੀਰ ਧਿਆਨ ਨਿਰਮਾਨ ਨੇ ਪੁੱਛਿਆ ਕਿ ਬਿਨਾਂ ਮਾਲਕ ਤੋਂ, ਹਾਂਜੀ ਜੇ ਤੁਸੀਂ ਉਹ ਜੋ ਰਿਕੁਆਇਰਮੈਂਟ ਸਰਕਾਰ ਨੇ ਮੰਗੀ ਹੈ ਜੇ ਤੁਸੀਂ ਉਹ ਪੂਰੀ ਕਰਦੇ ਹਾਂ ਤਾਂ ਤੁਸੀਂ ਬਿਨਾਂ ਮਾਲਕ ਤੋਂ ਵੀ ਅਪਲਾਈ ਕਰ ਸਕਦੇ ਹੋ। ਅਤੇ ਮੈਂ ਟਿਕਟੋਕ 'ਤੇ ਵੀ ਵੀਡੀਓ ਪਾਈ ਸੀ, ਉੱਥੇ ਵੀ ਮੈਨੂੰ ਇਹ ਬਹੁਤ ਜ਼ਿਆਦਾ ਸਵਾਲ ਆਏ ਸੀ ਕਿ ਕਿਹੜੀ ਸੀਜ਼ੋਰ ਨੂੰ ਅਪਲਾਈ ਕਰ ਸਕਦੇ ਹਾਂ ਜੇ ਅਜ਼ੀਲੋ ਵਾਲੇ ਆ, ਦੋਨੋਂ ਹੀ ਸੀਜ਼ੋਰ ਨੂੰ ਅਪਲਾਈ ਕਰ ਸਕਦੇ ਬਿਨਾਂ ਮਾਲਕ ਤੋਂ ਜੇ ਤੁਹਾਡੀ ਰਿਕੁਆਇਰਮੈਂਟ ਜੋ ਉਹਨਾਂ ਨੇ ਰਿਕੁਆਇਰਮੈਂਟ ਮੰਗੀ ਹੈ। ਤੁਹਾਨੂੰ ਇੱਕ ਵਾਰੀ ਹੀ, ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਦਾ, ਇੱਕ ਵਾਰੀ ਹੀ ਤੁਹਾਨੂੰ ਸਜ਼ੋਰ ਨੂੰ ਮਿਲੀ ਹੋਵੇ, 2 ਵਾਰ ਨਹੀਂ ਸਜ਼ੋਰ ਨੂੰ ਮਿਲੀ ਹੋਣੀ ਚਾਹੀਦੀ, ਇੱਕੋ ਵਾਰੀ ਸਜ਼ੋਰ ਨੂੰ ਮਿਲੀ ਹੋਣੀ ਚਾਹੀਦੀ ਹੈ, ਕੋਈ ਵੀ ਸਜ਼ੋਰ ਨੂੰ ਮਿਲੀ ਹੈ ਤੁਹਾਨੂੰ, ਇੱਕ ਵਾਰੀ ਸਜ਼ੋਰ ਨੂੰ ਮਿਲੀ ਹੈ ਉਹ ਖਤਮ ਹੋ ਗਈ ਹੈ 31 ਅਕਤੂਬਰ ਤੋਂ ਲੈ ਕੇ ਜਿੱਦਣ ਤੁਸੀਂ ਅਪਲਾਈ ਕਰਨਾ ਉਦੋਂ ਉਸ ਤਰੀਕ ਤੱਕ ਉਹ ਖਤਮ ਹੋ ਜਾਣੀ ਚਾਹੀਦੀ ਹੈ। ਠੀਕ ਹੈ ਜੀ, ਵੈਲਿਡ ਹੋਈ ਫਿਰ ਨਹੀਂ, ਖਤਮ ਹੋ ਜਾਣੀ ਚਾਹੀਦੀ ਹੈ, ਅਤੇ ਪਲੱਸ ਤੁਸੀਂ ਉਹ ਜੋ 3 ਡਿਪਾਰਟਮੈਂਟਸ ਹੈਗੇ ਆ ਜਿਹੜੇ ਖੇਤੀਬਾੜੀ ਕੌਸਪਦੰਤ ਅਤੇ ਡੋਮੈਸਟਿਕ ਹੈ, ਤੁਸੀਂ ਇਹਨਾਂ 'ਚ ਕੰਮ ਕੀਤਾ ਹੋਵੇ, ਤੁਹਾਨੂੰ ਇਸ ਚੀਜ਼ ਦਾ ਵੀ ਪ੍ਰੂਫ
चाहिए है, जो 8 मार्च तो पहला प्रूफ तो चाहिए ही चाहिए वो अलग है, तुम्हें प्लस ये भी प्रूफ होना चाहिए भी सरकार भी तुम इन्हें काम किया होने किए जे काम है ये जो भी तीन सरकार ने रखे जिन्हें इमीग्रेसन खोली हुई है उन्होंने काम किया होना प्रूफ होना चाहिए को प्लस जी सजो सिर्फ एको बारी। हाँ एक होर चीज़ है तुम रिन्यू वास्ते अपलाई भी ना किया हो तो उस चीज़ का रिशिवता भी नहीं होना चाहिए गा उस। हाँ तुम कोई अपॉइंटमेंट ली है वो अलग गल है, हाले तुम अपलाई नहीं किया बट जे तुम अपलाई करता जे थोड़े को उस चीज़ का रिशिवता है तुम रिन्यू करने वास्ते अपलाई किया फिर भी नहीं उन्होंने वास्ते नहीं वैलिड हैगी ये चीज़ यो नहीं अपलाई कर सकते। एको बारी सजो मिली सी ना ही तो कन्वर्ट हुई है ना ही रिन्यू हुई है तो खत्म हो चुकी है 31 अक्टूबर 2019 तो बाद जिदन तक तुम अपलाई करना जी मर्जी तरीक हो जिस दिन तुम अपलाई करना उदो खत्म होनी चाहिए चाहे एक दिन पहला ही खत्म हुई हो तो तुम अपलाई कर सकते हो। प्लस जेडे तीन जेडे काम है सरकार ने जिन्हें खोली हुई है जी इमीग्रेसन तो उन्होंने तुम काम किया हो उस चीज़ का भी प्रूफ देना है। अगे जी गिंदा नेचर वीर ने पूछा कि वीर मैं 28/10/2019 6 मंथ वाले पेपर भर आया था मेरे फिंगर 23 अप्रैल को थे मेरा फिंगर कोरोना वायरस के 30 जुलाई तक जी तुम कि हम मैं इस चीज़ का नहीं पता गया कि जो 6 मंथ वाले पेपर से तुम पहली बार फस्ट बार आए थे तो किस बेस से तुम भरे है तकरीबन एग्रीकल्चर का काम ठीक है वधिया गल है एग्रीकल्चर का काम हैगा तुम अपलाई किया अपनी फाइल देखो कितने पहुँच गई है जे तो थोड़े उत्थे फाइल प्रोसैस है जे तुम 6 मंथ वाली है तो फिर तुम उन्होंने कैंसल करवा के तुम इमीग्रेसन लो अपना कॉन्ट्रैक्ट तो ला के मालिक का किसी का इमीग्रेसन लैके जो जो इमीग्रेसन है वह फिल करो जो थोड़े को 6 मंथ दे क्योंकि 6 मंथ का फिर खत्म हो जानी है फिर उनका प्रॉब्लम है शायद वो कन्वर्ट हो थोड़े को चांस हैगा इन्हू कैंसल करवा के उ जाके तो अपना इमीग्रेसन अप्लाई करो जो थोड़े को मालिक हैगा तो ठीक है जी। ओके जी नैक्सट है वीजा वाले कर सकते हैं अगे भी इन्हें पूछा वीजा वाले हाँ जी वीजा जो एक्सपायर हो चुका वीजा तो कर सकते हो एक्सपायर होना चाहिए वीजा थोड़े को कर सकते हो जिस दिन तुम अपलाई किया अपलाई कर लगे उदों तक थोड़े को वीजा खत्म हो चुका तो तुम अपलाई कर सकते हो तुम मतलब इलीगल हो गए हो ठीक है जी। तुम लीगल नहीं हो गए इस जी इमीग्रेसन खोली गई है सारे इलीगल वास्ते खोली गई है जो लीगल नहीं है जो वीजा एक्सपायर हो चुका है तो तुम अपलाई कर सकते हो। अगर वीर मेरे को अजीलो की परमिशन है बट हूँ मेरे को कम नहीं है पहला मेरे फैक्ट्री किया होया कि मैं संसा लवर वाली परमेश्वर जी नहीं जी तुम नहीं तुम दसा कि थोड़े को सबूत होना चाहिए उस चीज़ का खेतीबाड़ी कॉल बनाते या डोमैसटिक तुम काम किया हो जो सरकार ने इमीग्रेसन खोली हुई है उन्होंने कामों के पहला काम किया होना तो प्रूफ देना पैना है सजोरों खत्म होनी चाहिए है 31 अक्टूबर 2019 तो बाद ठीक है जी। ये कोई सवाल जोड़े मेरे भी नवे आए चैनल में सबसक्राइब कर लैन तो होर कोई भी किसी भी तरह का भी थोड़े को सवाल हो पूछ सकते हो ते बाकी कोई होर नवी अपडेट आऊगी तो मैं थोड़े सामने जरूर लैके आऊँगा तुम देख ही रहे हो डेली नवी अपडेट आ रही है तो बाकी परमात्मा सुख रखे होर भी कई चेंजेस आनगियाँ तो वह सारिया मैं थोड़े शेयर करूँगा जोड़े नवे आए हैं वो चैनल में सबसक्राइब कर लैन तो बैल का बटन दब देन ताकि उन्होंने नोटिफिकेशन मिल सके जिन्होंने इन्होंने सबसक्राइब किया है मेरे वीडियो ने उन्होंने धन्यवाद तो वीडियो में लाइक तो शेयर कराया करो ताकि शायद हो सकता थोड़े ये वीडियो काम की ना हो कोई होर किसी होर के काम की होेयर करोगे तो उन्होंने तक पहुँच सकती है वीडियो। ओके जी सत श्रीकाल जी मिलते हैं किसी नवी अपडेट।